मसला है एदे इच एक सस्पेक्टेड एक्यूज्ड सी जेदे बारे सानू इनफॉरमेशन मिली कि एक बंदा जड़ा आर्मी यूनिफॉर्म्स हुंदिया है ओनु पाके हॉलगेट इलाके इच शकी देखा गया है। ओदी इनफॉरमेशन जदों ही सानू मिली ते अमृतसर पुलिस कमिश्नरेट दी टीम हेडेड बाय एडीसीपी जोन 1 डॉक्टर दर्पण आलूवालिया, ईसीपी सेंट्रल सुरेंद्र जी, एसएचओ डी डिवीजन सुखविंदर जी, इन्हां दी टीम ने बहुत प्रोएक्टिव होके इच काम किया एंड इन अ जॉइंट ऑपरेशन अलोंग विद द मिलिट्री इंटेलिजेंस उन्हां दा भी सानू पूरा एक कोऑपरेशन मिला। वो बंदा जड़ा हैगा वो राउंड अप किया गया। जदों उस बंदे नाल पूछगिछ की गई तो उन्हें अपना नाम संदीप सिंह दस्या ते उन्हें ये दस्या कि वो चिकना पिंड आनंदपुर साहिब का वसनीक है ते उन्हें जड़ी वर्दी पाई हुई है उदे रिगार्डिंग जदों उदों पूछगिछ की गई ही वॉज वेयरिंग यू नो मेजर रैंक। सो ओदा कोई तसल्लीबख्श जवाब नहीं दे पाया। सो दैन ऑन द बेसिस ऑफ दैट ही वॉज राउंडेड अप एंड एन FIR वॉज रजिस्टर्ड। FIR नंबर 11 डेटेड 10/3/23 और रजिस्टर हुई पीएस डी डिवीजन अंडर सेक्शन 420, 467, 468, 471, 171, 140 एंड आल्सो 6 सेक्शन 6 ऑफिशियल सीक्रेट एक्ट। जदो ओदी फर्दर पूछगिछ हुई ते ओदा समान फरोलिया गया ते ओदे इच जड़ी हैगी आर्मी दी वक वक रैंका दिया वर्दियां जड़ियां हैंगी ओदे इच बरामद हुई है। सो ये जड़ा मैटर है ये बहुत ही सस्पिशियस जापता हुंदा है एंड दिस इज बीइंग फर्दर जड़ा हैगा इन्वेस्टिगेटेड ते एदे इच कोई अगर इंटरस्टेट लिंकेजेस हैं या नहीं या वेदर कुछ इंटरनेशनल लिंकेजेस भी हैंगे या नहीं ये सारे जड़े हैंगे एजेंसीज मिलके अलोंग विद द कोऑपरेशन ऑफ द मिलिट्री इंटेलिजेंस ए च काम किया जा रहा है। ਮੈਡਮ ਕਾਰਨ ਕੀ ਹੈ ਜੀ ਕਿਉਂ ਇਹਨਾਂ ਦੇ ਵੱਲੋਂ ਉੱਥੇ ਵਰਦੀ ਪਾ ਕੇ ਜਿਹੜਾ ਘੁੰਮਿਆ ਜਾ ਰਿਹਾ ਸੀ? ਮੈਡਮ ਕਿੰਨਾ ਲੋਕਾਂ ਨੂੰ ਟਾਰਗੇਟ ਕਰਦਾ ਸੀਗਾ ਜੀ? ਦੇਖੀ ਇਹੀ ਆ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਜ਼ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹਦੇ ਕੋਲ 5-6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ ਵਿੱਚ ਵੱਖ ਵੱਖ ਰੈਂਕਸ ਫਰੋਮ ਦਾ ਲੋਅਰ ਰੈਂਕ ਅਪ ਟੂ ਦਾ ਰੈਂਕ ਆਫ ਦਾ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਮੈਂ ਕੁਛ ਦੀ ਸ਼ੱਕ ਦੀ ਸੂਈ ਕਿਸ ਤਰ੍ਹਾਂ ਗਈ ਇਹਦੇ ਵੱਲ ਕਿਸ ਤਰ੍ਹਾਂ ਲੱਗਾ ਕਿ ਇਹ ਵਾਕਿਆ ਹੀ ਗਲਤ ਵਾ ਅੰਸਰ ਦੇਖੀ ਜਦੋਂ ਇੱਕ ਸਿਵਿਲੀਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਹੈਨਾ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਏ ਜਾਂ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਦ ਪਰਸਨ ਚੇਂਜਸ ਸੋ ਹੀ ਵਾਸ ਨਾਟ ਕੈਰੀਇੰਗ ਦ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਵ ਭਾਵ ਸੀ ਉਹਦਾ ਡੀਲ ਡੋਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ ਤਾਂ ਦੈਨ ਹੀ ਕੁਡ ਨਾਟ ਗਿਵ ਐਨੀ ਸੈਟਿਸਫੈਕਟਰੀ ਆਨਸਰ। ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਗ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 kg ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਤਾਂ ਉਹਨੂੰ ਸੈਟਿਸਫੈਕਟਰੀਲੀ ਆਨਸਰ ਨਹੀਂ ਕਰ ਪਾਇਆ ਐਂਡ ਦੈਨ ਜਦੋਂ ਉਹਦੇ ਐਂਟੀਸੀਡੈਂਟਸ ਵੈਰੀਫਾਈ ਕੀਤੇ ਗਏ ਤਾਂ ਉਹ 'ਚ ਇਹ ਪਤਾ ਚੱਲਿਆ ਦੈਟ ਹੀ ਇਜ਼ ਨਾਟ ਇਨ ਦਾ ਆਰਮੀ ਐਂਡ ਉਹ ਇੱਕ ਫੇਕ ਆਰਮੀ ਪਰਸਨ ਬਣ ਕੇ ਇੰਪਰਸਨੇਟ ਕਰ ਰਿਹਾ ਹੈ। ਮੈਂ ਵਾਰਡਰ ਵੀ ਕੀਤੀ ਕੋਈ ਵਾਰਡਰ ਵਗੈਰਾ ਕੋ ਜੀਤੀ ਇਹਨੇ ਕੋਈ ਹਾਲੇ ਤੱਕ ਤੋਂ ਜੀ ਕੋਈ ਰੋਲ ਨਹੀਂ ਆਇਆ ਬਟ ਇਹਦੇ ਵਿੱਚ ਇਹਨੇ ਵਰਦੀਆਂ ਕਿਉਂ ਪ੍ਰਪਿਓਰ ਕੀਤੀ ਹੈ ਇਹਨਾਂ ਦਾ ਉਹ ਕੀ ਕਰਨਾ ਚਾਹੁੰਦਾ ਸੀ ਨੂੰ ਕਿਸ ਪਾਸੇ ਯੂ ਨੋ ਉਹ ਯੂਜ਼ ਕਰਨਾ ਚਾਹੁੰਦਾ ਸੀ।